ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ, ਖਾਲਸਾ ਹੈ ਉਹਨਾਂ ਨਾਲ ਬਿਲਕੁਲ ਖੜੀ ਆ। ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ, ਕਿਸਾਨ ਪੰਜਾਬ ਤੋਂ ਆ ਰਹੇ, ਸਾਰੇ ਬਾਹਰ ਹੋਰ ਸਟੇਟਾਂ ਤੋਂ ਆ ਰਹੇ ਆ। ਅਸੀਂ ਸਾਰਿਆਂ ਨੂੰ ਰਿਸਪੈਕਟ ਕਰਦੇ, ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਅਸੀਂ ਸਾਰਿਆਂ ਵੀ ਖੜੇ ਹੋਵਾਂਗੇ ਜਿੱਦਾਂ ਪਹਿਲਾਂ ਵੀ ਖੜੇ ਹੋਏ ਸੀਗੇ। ਅਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ, ਇਨਸਾਨੀਓ ਤੌਰ 'ਤੇ ਸਾਰੇ ਇਸ ਇਨਸਾਨ ਕਿਸਾਨਾਂ ਦਾ ਖੜੇ ਹੋਣ। ਇਹ ਕਿਸਾਨੀ ਦੇ ਵਿੱਚ ਜਿਹੜਾ ਇਸ ਵੇਲੇ ਦਿੱਲੀ ਵੱਲ ਨੂੰ ਤੁਰੇ ਹੋ ਆ ਕਿਸਾਨ, ਉਹਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਆ, ਅਤੇ ਇਹ ਸਾਡਾ ਇਨਸਾਨੀ ਤੌਰ 'ਤੇ ਸਾਡਾ ਫਰਜ਼ ਬਣਦਾ ਉਹਨੂੰ ਸਪੋਰਟ ਕਰਨ ਦਾ, ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ। ਅਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸੁਨੇਹਾ ਆ ਭਈ, ਜਿਹੜੀ ਭਈ ਇਸ ਵੇਲੇ ਹਕੂਮਤ ਆ ਦਿੱਲੀ ਦੀ, ਅਸੀਂ ਉਹਨੂੰ ਇਹ ਸੁਨੇਹਾ ਦਿੰਦੇ ਭਈ, ਇਹ ਹਰ ਸਿਟੀਜ਼ਨ ਦਾ, ਇੰਡੀਆ ਦਾ ਇੱਕ ਹੱਕ ਆ। ਉਹ ਕੌਨਸਟੀਟਿਊਸ਼ਨ ਦੇ ਤੌਰ 'ਤੇ, ਲੋਕਤੰਤਰ ਤੌਰ 'ਤੇ ਉਹਦਾ ਹੱਕ ਆ, ਜਿੱਥੇ ਮਰਜ਼ੀ ਸ਼ਾਂਤਮਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਆਫ ਵਿਊ ਦੇ ਸਕਦੇ, ਇਹਦੀ ਰਿਸਪੈਕਟ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ, ਖਾਲਸਾ ਹੈ ਉਹਨਾਂ ਨਾਲ ਬਿਲਕੁਲ ਖੜੀ ਆ। ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ, ਕਿਸਾਨ ਪੰਜਾਬ ਤੋਂ ਆ ਰਹੇ, ਸਾਰੇ ਬਾਹਰ ਹੋਰ ਸਟੇਟਾਂ ਤੋਂ ਆ ਰਹੇ ਆ। ਅਸੀਂ ਸਾਰਿਆਂ ਨੂੰ ਰਿਸਪੈਕਟ ਕਰਦੇ, ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਅਸੀਂ ਸਾਰਿਆਂ ਵੀ ਖੜੇ ਹੋਵਾਂਗੇ ਜਿੱਦਾਂ ਪਹਿਲਾਂ ਵੀ ਖੜੇ ਹੋਏ ਸੀਗੇ। ਅਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ, ਇਨਸਾਨੀਓ ਤੌਰ 'ਤੇ ਸਾਰੇ ਇਸ ਇਨਸਾਨ ਕਿਸਾਨਾਂ ਦਾ ਖੜੇ ਹੋਣ। ਇਹ ਕਿਸਾਨੀ ਦੇ ਵਿੱਚ ਜਿਹੜਾ ਇਸ ਵੇਲੇ ਦਿੱਲੀ ਵੱਲ ਨੂੰ ਤੁਰੇ ਹੋ ਆ ਕਿਸਾਨ, ਉਹਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਆ, ਅਤੇ ਇਹ ਸਾਡਾ ਇਨਸਾਨੀ ਤੌਰ 'ਤੇ ਸਾਡਾ ਫਰਜ਼ ਬਣਦਾ ਉਹਨੂੰ ਸਪੋਰਟ ਕਰਨ ਦਾ, ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ। ਅਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸੁਨੇਹਾ ਆ ਭਈ, ਜਿਹੜੀ ਭਈ ਇਸ ਵੇਲੇ ਹਕੂਮਤ ਆ ਦਿੱਲੀ ਦੀ, ਅਸੀਂ ਉਹਨੂੰ ਇਹ ਸੁਨੇਹਾ ਦਿੰਦੇ ਭਈ, ਇਹ ਹਰ ਸਿਟੀਜ਼ਨ ਦਾ, ਇੰਡੀਆ ਦਾ ਇੱਕ ਹੱਕ ਆ। ਉਹ ਕੌਨਸਟੀਟਿਊਸ਼ਨ ਦੇ ਤੌਰ 'ਤੇ, ਲੋਕਤੰਤਰ ਤੌਰ 'ਤੇ ਉਹਦਾ ਹੱਕ ਆ, ਜਿੱਥੇ ਮਰਜ਼ੀ ਸ਼ਾਂਤਮਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਆਫ ਵਿਊ ਦੇ ਸਕਦੇ, ਇਹਦੀ ਰਿਸਪੈਕਟ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ ਵੇਲੇ ਕਿਸਾਨ ਜਿਹੜੇ ਦਿੱਲੀ ਨੂੰ ਤੁਰੇ ਹੋ ਆ, ਖਾਲਸਾ ਹੈ ਉਹਨਾਂ ਨਾਲ ਬਿਲਕੁਲ ਖੜੀ ਆ। ਕਿਸਾਨ ਜਾਂ ਕੋਈ ਧਰਮ ਨਹੀਂ ਕਿਸਾਨੀ ਦਾ, ਕਿਸਾਨ ਪੰਜਾਬ ਤੋਂ ਆ ਰਹੇ, ਸਾਰੇ ਬਾਹਰ ਹੋਰ ਸਟੇਟਾਂ ਤੋਂ ਆ ਰਹੇ ਆ। ਅਸੀਂ ਸਾਰਿਆਂ ਨੂੰ ਰਿਸਪੈਕਟ ਕਰਦੇ, ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਅਸੀਂ ਸਾਰਿਆਂ ਵੀ ਖੜੇ ਹੋਵਾਂਗੇ ਜਿੱਦਾਂ ਪਹਿਲਾਂ ਵੀ ਖੜੇ ਹੋਏ ਸੀਗੇ। ਅਤੇ ਸਾਡੀ ਇਹ ਬੇਨਤੀ ਸਾਰੇ ਜਥੇਬੰਦੀਆਂ ਨੂੰ, ਇਨਸਾਨੀਓ ਤੌਰ 'ਤੇ ਸਾਰੇ ਇਸ ਇਨਸਾਨ ਕਿਸਾਨਾਂ ਦਾ ਖੜੇ ਹੋਣ। ਇਹ ਕਿਸਾਨੀ ਦੇ ਵਿੱਚ ਜਿਹੜਾ ਇਸ ਵੇਲੇ ਦਿੱਲੀ ਵੱਲ ਨੂੰ ਤੁਰੇ ਹੋ ਆ ਕਿਸਾਨ, ਉਹਦੇ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਆ, ਅਤੇ ਇਹ ਸਾਡਾ ਇਨਸਾਨੀ ਤੌਰ 'ਤੇ ਸਾਡਾ ਫਰਜ਼ ਬਣਦਾ ਉਹਨੂੰ ਸਪੋਰਟ ਕਰਨ ਦਾ, ਹਰ ਤਰ੍ਹਾਂ ਦੀ ਸਪੋਰਟ ਜਿੰਨੀ ਵੀ ਚਾਹੀਦੀ ਹੋਵੇ। ਅਤੇ ਸਾਡਾ ਸਰਕਾਰਾਂ ਨੂੰ ਇੱਕ ਇਹ ਸੁਨੇਹਾ ਆ ਭਈ, ਜਿਹੜੀ ਭਈ ਇਸ ਵੇਲੇ ਹਕੂਮਤ ਆ ਦਿੱਲੀ ਦੀ, ਅਸੀਂ ਉਹਨੂੰ ਇਹ ਸੁਨੇਹਾ ਦਿੰਦੇ ਭਈ, ਇਹ ਹਰ ਸਿਟੀਜ਼ਨ ਦਾ, ਇੰਡੀਆ ਦਾ ਇੱਕ ਹੱਕ ਆ। ਉਹ ਕੌਨਸਟੀਟਿਊਸ਼ਨ ਦੇ ਤੌਰ 'ਤੇ, ਲੋਕਤੰਤਰ ਤੌਰ 'ਤੇ ਉਹਦਾ ਹੱਕ ਆ, ਜਿੱਥੇ ਮਰਜ਼ੀ ਸ਼ਾਂਤਮਈ ਜਾ ਕੇ ਉਹ ਪ੍ਰੋਟੈਸਟ ਆਪਣਾ ਪੁਆਇੰਟ ਆਫ ਵਿਊ ਦੇ ਸਕਦੇ, ਇਹਦੀ ਰਿਸਪੈਕਟ ਕੀਤੀ ਜਾਵੇ।